हेलो विद्यार्थियों आजਸੀਂ ਜਿਹੜਾ ਟੌਪਿਕ ਤੁਹਾਡੇ ਨਾਲ ਡਿਸਕਸ ਕਰਾਂਗੇ ਉਹ ਹੈ ਕਿ ਐਲਕੋਹਲ ਅਤੇ ਫੀਨੋਲ ਵਿੱਚੋਂ ਕੌਣ ਜ਼ਿਆਦਾ ਐਸਿਡਿਕ ਹੈ ਅਤੇ ਕਿਉਂ ਆਪਾਂ ਨੇ ਇਹ ਕੁਸ਼ਨਾ ਵੀ ਪੜਿਆ ਕਿ ਫੀਨੋਲ ਆਰ ਮੋਰ ਐਸਿਡਿਕ ਥੈਨ ਐਲਕੋਹਲ ਸੋ ਅੱਜ ਆਪਾਂ ਡਿਸਕਸ ਕਰਾਂਗੇ ਕਿ ਵਾਈ ਫੀਨੋਲ ਆਰ ਮੋਰ ਐਸਿਡਿਕ ਐਸ ਕੰਪੇਅਰ ਟੂ ਐਲਕੋਹਲਸ ਕਿ ਐਲਕੋਹਲਸ ਨਾਲੋਂ ਫੀਨੋਲ ਕਿਉਂ ਐਸਿਡਿਕ ਨੇ ਫੀਨੋਲ ਦਾ ਸਟਰਕਚਰ ਵੀ ਤੁਹਾਡੇ ਸਾਹਮਣੇ ਹੈ ਔਰ ਇੱਕ ਐਲਕੋਹਲ ਦਾ ਵੀ ਸਟਰਕਚਰ ਤੁਹਾਡੇ ਸਾਹਮਣੇ ਹੈ ਔਰ ਫੀਨੋਲ ਜਿਹੜੀ ਉਹ ਜ਼ਿਆਦਾ ਐਸਿਡਿਕ ਹੈ ਐਸ ਕੰਪੇਅਰ ਟੂ ਐਲਕੋਹਲ ਫੀਨੋਲ ਇਹ ਆਲਕੋਹਲ ਦੋਨਾਂ ਦੇ ਵਿੱਚੋਂ ਐਸਿਡ ਉਹ ਹੋਏਗਾ ਵਧੀਆ ਜਿਹੜਾ ਜਲਦੀ ਪ੍ਰੋਟੋਨ ਛੱਡ ਸਕਦਾ ਹੈ ਜਿਹੜਾ ਜਲਦੀ ਡੋਨੇਟ ਕਰ ਸਕਦਾ ਹੈ ਪ੍ਰੋਟੋਨ ਇਟ ਮੀਨ ਕਿ ਫੀਨੋਲ ਜਿਹੜੀ ਹੈ ਉਹ ਜਲਦੀ ਪ੍ਰੋਟੋਨ ਡੋਨੇਟ ਕਰਦੀ ਹੈ ਇਸ ਕਰਕੇ ਉਹ ਜ਼ਿਆਦਾ ਵਧੀਆ ਐਸਿਡ ਹੈ ਸੋ ਸਟਰੋਂਗ ਐਸਿਡ ਜਿਹੜੇ ਹੁੰਦੇ ਨੇ ਦੇ ਕੈਨ ਈਜ਼ੀਲੀ ਡੋਨੇਟ देयर ਪ੍ਰੋਟੋਨਸ ਸੋ ਜਦੋਂ ਫੀਨੋਲ ਪ੍ਰੋਟੋਨ ਪ੍ਰੋਟੋਨ ਡੋਨੇਟ ਡੋਨੇਟ ਕਰੇਗੀ ਤਾਂ ਉਹ ਫੀਨੌਕਸਾਈਡ ਆਇਨ ਬਣਾਉਂਦੀ ਹੈ ਔਰ ਜਦੋਂ ਆਲਕੋਹਲ ਆਪਣਾ ਐਚ ਪੋਜ਼ਿਟਿਵ ਡੋਨੇਟ ਕਰੇਗੀ ਤਾਂ ਉਹ ਆਲਕੌਕਸਾਈਡ ਆਇਨ ਬਣਾਏਗੀ ਸੋ ਫੀਨੌਕਸਾਈਡ ਆਇਨ ਔਰ ਅਲਕੌਕਸਾਈਡ ਆਇਨ ਜਿਹੜੀਆਂ ਬਣਦੀਆਂ ਹੈਗੀਆਂ ਉਹਨਾਂ ਦੇ ਵਿੱਚ ਜਵਾਬ ਛੁਪਿਆ ਹੈ ਕਿ ਕੌਣ ਜ਼ਿਆਦਾ ਐਸਟ੍ਰਿਕ ਹੈ ਔਰ ਕਿਉਂ ਹੈ ਸੋ ਫੀਨੋਲ ਜਿਹੜੀ ਹੈ ਉਹ ਵੀ ਐਚ ਪੋਜ਼ੀਟਿਵ ਛੱਡਦੀ ਹੈ ਔਰ ਫੀਨੌਕਸਾਈਡ ਆਇਨ ਬਣਾਉਂਦੀ ਹੈ ਜਿਹੜੀ ਤੁਹਾਡੇ ਸਾਹਮਣੇ ਬਣਿਆ ਹੋਇਆ ਹੈ ਔਰ ਅਲਕੋਹਲ ਜਦੋਂ ਐਚ ਪੋਜ਼ੀਟਿਵ ਛੱਡੇਗੀ ਐਚ ਪੋਜ਼ੀਟਿਵ ਡੋਨੇਟ ਕਰੇਗੀ ਤਾਂ ਅਲਕੌਕਸਾਈਡ ਆਇਨ ਜਿਹੜੀ ਹੈ ਉਹ ਫਾਰਮ ਹੁੰਦੀ ਹੈ ਇਟ ਮੀਨਸ ਦੋਨੋਂ ਹੀ ਐਚ ਪੋਜ਼ੀਟਿਵ ਛੱਡ ਸਕਦੀਆਂ ਨੇ لیکن ਜਦੋਂ H ਪੋਜ਼ੀਟਿਵ ਛੱਡਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਫੀਨੌਕਸਾਈਡ ਆਇਨ ਬਣਦੀ ਹੈ ਜਾਂ ਅਲਕੌਕਸਾਈਡ ਬਣਦੀ ਹੈ ਐਸਿਡਿਟੀ ਉਹਨਾਂ ਦੀ ਸਟੇਬਿਲਿਟੀ ਤੇ ਡਿਪੈਂਡ ਕਰਦੀ ਕਿ ਕੌਣ ਇਹਨਾਂ ਦੋਨਾਂ ਵਿੱਚੋਂ ਜ਼ਿਆਦਾ ਆਇਨ ਜਿਹੜੀ ਉਹ ਸਟੇਬਲ ਹੈਗੀ ਹੈ ਸੋ ਜੇ ਆਪਾਂ ਇਹਨਾਂ ਦੋਵਾਂ ਦੀ ਕੰਪੇਅਰ ਕਰੀਏ ਅਲਕੌਕਸਾਈਡ ਆਰ ਫੀਨੌਕਸਾਈਡ ਆਇਨ ਨੂੰ ਤਾਂ ਜਿਹੜੀ ਫੀਨੌਕਸਾਈਡ ਆਇਨ ਹੈ ਇਟ ਇਜ਼ ਮੋਰ ਸਟੇਬਲ ਐਸ ਕੰਪੇਅਰਡ ਟੂ ਦ ਅਲਕੌਕਸਾਈਡ ਆਇਨ ਕਿਉਂਕਿ ਫੀਨੌਕਸਾਈਡ ਆਇਨ ਦੇ ਵਿੱਚ H ਪੋਜ਼ੀਟਿਵ ਛੱਡਣ ਤੋਂ ਬਾਅਦ ਰੈਜ਼ੋਨੈਂਸ ਹੁੰਦੀ ਆਕਸੀਜਨ ਉੱਪਰ ਨੈਗੇਟਿਵ ਚਾਰਜ ਆਉਂਦਾ ਹੈ ਉਹ ਸਾਰੀ ਰਿੰਗ ਦੇ ਉੱਤੇ ਡਿਸਪਰਸ ਹੋ ਜਾਂਦਾ ਹੈ ਫੈਲ ਜਾਂਦਾ ਹੈ ਜਿਹਦੇ ਕਰਕੇ ਆਕਸੀਜਨ ਦੇ ਉੱਤੇ ਨੈਗੇਟਿਵ ਚਾਰਜ ਘਟ ਜਾਂਦਾ ਹੈ ਔਰ ਨੈਗੇਟਿਵ ਚਾਰਜ ਘਟਣ ਦੇ ਕਰਕੇ ਜਿਹੜੀ ਸਟੇਬਲਾਈਜੇਸ਼ਨ ਫੀਨੋਕਸਾਈਡ ਆਇਨ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਜਦੋਂ ਫੀਨੋਕਸਾਈਡ ਆਇਨ ਜ਼ਿਆਦਾ ਸਟੇਬਲ ਹੋਏਗੀ ਤਾਂ ਨੈਚਰਲੀ ਇਟ ਵਿਲ ਬੀ ਮੋਰ ਐਸਿਡਿਕ ਉਹ ਜਲਦੀ ਐਚ ਪੋਜ਼ਿਟਿਵ ਛੱਡੇਗੀ ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਸਟੇਬਲ ਹੀ ਹਾਂ ਮੇਰੀ ਫੀਨੋਕਸਾਈਡ ਆਇਨ ਜਿਹੜੀ ਬਣਨੀ ਇਟ ਵਿਲ ਬੀ ਸਟੇਬਲ ਸੋ ਉਹ ਐਚ ਪੋਜ਼ਿਟਿਵ ਜਿਹੜੀ ਹੈ ਉਹ ਡੋਨੇਟ ਕਰ ਦੇਗੀ ਅਲਕੋਕਸਾਈਡ ਨਾਲ ਜੀ ਇਨੂੰ ਕੰਪੇਅਰ ਕਰੀਏ ਅਲਕੌਕਸਾਈਡਾਂ ਦੇ ਨਾਲ ਤਾਂ ਰੈਜ਼ੋਨੈਂਸ ਅਲਕੌਕਸਾਈਡਾਂ ਦੇ ਵਿੱਚ ਨਹੀਂ ਹੋਣੀ ਜਦੋਂ ਵੀ ਜਿਹੜੀ ਐਲਕੋਹਲ ਹੈ ਉਹਨੇ ਐਚ ਪੋਜ਼ੀਟਿਵ ਛੱਡਣਾ ਹੈ ਤਾਂ ਆਕਸੀਜਨ ਉੱਤੇ 네ਗੇਟਿਵ ਚਾਰਜ ਆਉਣਾ ਹੈ 네ਗੇਟਿਵ ਚਾਰਜ ਆਕਸੀਜਨ ਕੋਲ ਹੀ ਰਹਿਣਾ ਹੈ ਉਹਦੀ ਡਿਸਪਰਸਲ ਨਹੀਂ ਹੋਣੀ ਇਹਦੇ ਨਾਲ ਸਟੇਬਿਲਿਟੀ ਘੱਟ ਜਾਣੀ ਹੈ ਅਲਕੌਕਸਾਈਡ ਐਂ ਬਹੁਤ ਲੈਸ ਸਟੇਬਲ ਹੋਣੀ ਹੈ ਔਰ ਉਹਦੀ ਐਸਟਿਕ ਸਟਰੈਂਥ ਜਿਹੜੀ ਉਹ ਘੱਟ ਹੋਣੀ ਹੈ ਸੋ ਰੈਜ਼ੋਨੈਂਸ ਜਿਹੜੀ ਹੈ ਉਹ ਮੇਨ ਫੈਕਟਰ ਜਿਹੜਾ ਕੰਟਰੋਲ ਕਰਦਾ ਹੈ ਫੀਨੋਲ ਦੀ ਮੋਰ ਐਸਟਿਕ ਕੈਰੈਕਟਰ ਨੂੰ ਸੋ ਮੈਨੂੰ ਉਮੀਦ ਹੈ ਕਿ